ਇਹ ਤਸਵੀਰਾਂ ਹਲਕਾ ਨਕੋਦਰ ਦੇ ਥਾਣੇ ਦੀਆਂ ਨੇ, ਜਿੱਥੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਆਗੂਆਂ ਨੇ ਥਾਣੇ ਦੇ ਅੰਦਰ ਅਤੇ ਬਾਹਰ ਧਰਨਾ ਲਗਾ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਕਿਸਾਨਾਂ ਦੇ ਆਗੂ ਜਸਵਿੰਦਰ ਸਿੰਘ ਆਜ਼ਾਦ ਹੋਰਾਂ ਨੂੰ ਨਕੋਦਰ ਪੁਲਿਸ ਨੇ ਕਿਸੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ, ਜਿਸ ਤੇ ਦਰਜ ਹੋਏ ਪਰਚੇ ਨੂੰ ਰੱਦ ਕਰਵਾਉਣ ਦੇ ਲਈ ਕਿਸਾਨਾਂ ਨੇ ਥਾਣੇ ਦਾ ਘਿਰਾਓ ਕੀਤਾ ਹੈ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਸਾਨ ਆਗੂਆਂ ਨੇ ਪੁਲਿਸ ਤੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਇਹ ਪਰਚਾ ਪੁਲਿਸ ਨੇ ਗਲਤ ਕੀਤਾ ਹੈ। ਕਸ਼ਮੀਰ ਸਿੰਘ ਜੀ, ਅੱਜ ਕੀ ਕਾਰਨ ਹੋਇਆ ਜਿਹੜਾ ਤੁਹਾਨੂੰ ਥਾਣੇ ਸਦਰ ਦੇ ਬਾਹਰ ਨਕੋਦਰ ਦੇ ਧਰਨਾ ਲਾਉਣਾ ਪੈ ਰਿਹਾ? ਸਭ ਤੋਂ ਪਹਿਲਾਂ ਤਾਂ ਫਤਿਹ ਬੁਲਾਈਏ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਜਿਹੜੀ ਗੁਰੂ ਦੀ ਤਾਕਤ ਨਾਲ ਅਸੀਂ ਤੁਰੇ ਫਿਰਦੇ ਹਾਂ, ਸਾਡੇ ਦੇਸ਼ ਦੀਆਂ ਸਰਕਾਰਾਂ ਸਾਡੇ ਨਾਲ ਬੜੇ ਧੱਕੇ ਕਰ ਰਹੀਆਂ। ਪਿੰਡ ਉੱਗੀ ਦੇ ਵਿੱਚ ਇੱਕ ਜਸਵਿੰਦਰ ਸਿੰਘ ਆਜ਼ਾਦ ਨਾਂ ਦਾ ਸਾਡਾ ਵਰਕਰ ਆ, ਬਹੁਤ ਵਧੀਆ ਉਹਨਾਂ ਦਾ ਕੋਈ ਦੁਕਾਨਾਂ ਦਾ ਡਿਸਪੂਟ ਚੱਲਦਾ ਬੜੇ ਲੰਮੇ ਅਰਸੇ ਤੋਂ। ਦੇਖੋ ਕਾਨੂੰਨ ਦੋ ਤਰ੍ਹਾਂ ਦੇ ਇੱਥੇ ਚੱਲ ਰਹੇ ਇਸ ਦੇਸ਼ ਵਿੱਚ। ਉਹਦੇ ਕੋਲ ਸਟੇ ਸੀ, ਸਟੇ ਦੇ ਬਾਵਜੂਦ SHO ਨੇ ਜਾ ਕੇ ਜਿੰਦੇ ਤੜਾ ਕੇ ਦੂਜੀ ਧਿਰ ਦਾ ਕਬਜ਼ਾ ਕਰਾਇਆ। ਕਬਜ਼ਾ ਕਰਾਉਣ ਤੋਂ ਬਾਅਦ ਉਹਦੇ ਘਰਵਾਲੀ 'ਤੇ, ਉਹਦੀਆਂ ਧੀਆਂ 'ਤੇ, ਉਹਦੇ ਆਪ ਦੇ ਉੱਤੇ, ਉਹਦੇ ਲਟਕੇ ਦੇ ਉੱਤੇ ਪਰਚਾ ਕਰਕੇ ਜਸਵਿੰਦਰ ਸਿੰਘ ਆਜ਼ਾਦ ਨੂੰ ਘੱਲ ਅੰਦਰ ਦਿੱਤਾ। ਉਦੋਂ ਮਾੜੀ ਗੱਲ ਕੀ ਕੀਤੀ, ਕੱਲ੍ਹ SHO ਨੇ ਸੱਦ ਕੇ ਉਹ ਦੂਜੀ ਧਿਰ ਉਹਨਾਂ ਦੇ ਵਿੱਚ ਬਿਠਾਲ ਕੇ, ਜੇ ਤੂੰ ਉਹਨਾਂ ਨੂੰ ਸੱਦਣਾ ਆ ਤੂੰ ਸਾਨੂੰ ਵੀ ਦੱਸ ਅਸੀਂ ਵੀ ਆਉਂਦੇ ਹਾਂ, ਸਾਹਮਣੇ ਸਾਹਮਣੇ ਗੱਲ ਹੋ ਜੂਗੀ। ਉਹਨਾਂ ਨੂੰ ਸੱਦ ਕੇ ਇੱਥੇ ਤੱਕ ਦਬਾਅ ਪਾਇਆ ਗਿਆ ਬਈ ਜਾ ਫੈਸਲਾ ਕਰ ਲਓ, ਨਹੀਂ ਤਾਂ ਮੈਂ ਫਿਰ ਰੈਸਟ ਪਾਊਂਗਾ। ਅਖੀਰ 'ਤੇ ਸ਼ਾਮੀ ਜਦੋਂ ਸਾਡੀ ਗੱਲ ਟੁੱਟੀ ਆ, ਮੈਂ ਕਿਹਾ ਤੁਸੀਂ ਰੈਸਟ ਪਾਓ, ਜੇ ਸਾਡੇ 'ਚ ਹਿੰਮਤ ਆਊਗੀ ਅਸੀਂ ਰੈਸਟਾਂ ਪੜਾਈਆਂ। ਅਸੀਂ ਮਨਜੀਤ ਸਿੰਘ ਧਨੇਰ ਨੂੰ ਦੇਸ਼ ਦਾ ਇਤਿਹਾਸ ਕਹਿ ਰਿਹਾ ਆ, ਸਜ਼ਾ 20 ਸਾਲ ਦੀ ਹੋ ਜੀ। ਕਿਸਾਨ ਯੂਨੀਅਨ ਅਸੀਂ ਉੱਥੇ ਇਕੱਠੇ ਹੋ ਕੇ ਜੇਲ੍ਹ ਦੇ ਮੂਹਰੇ ਧਰਨਾ ਲਾ ਕੇ ਅਸੀਂ ਆਪਣੇ ਕਿਸਾਨ ਆਗੂ ਨੂੰ ਮਨਜੀਤ ਸਿੰਘ ਧਨੇਰ ਨੂੰ ਜੇਲ੍ਹ 'ਚੋਂ ਰਿਹਾਅ ਕਰਾਇਆ ਅਤੇ SHO ਸਾਹਿਬ ਨੂੰ ਦੱਸਣਾ ਚਾਹੁੰਦੇ ਹਾਂ ਤੇਰੀਆਂ ਰੈਸਟਾਂ ਸਾਡੇ ਅੱਗੇ ਕੁਛ ਨਹੀਂ ਕਰਨਗੀਆਂ, ਜੇ ਤੂੰ ਇਸੇ ਤਰ੍ਹਾਂ ਧੱਕੇ ਕਰੂੰਗਾ ਤਾਂ ਅਸੀਂ ਫਿਰ ਸੜਕਾਂ 'ਤੇ ਆਵਾਂਗੇ, ਅਸੀਂ ਪਿੰਡ ਪਿੰਡ ਜਾ ਕੇ ਮੁਜ਼ਾਹਰੇ ਤੇਰੇ ਖਿਲਾਫ਼ ਕਰਾਂਗੇ, ਅਸੀਂ ਕਦੇ ਵੀ ਇਹ ਗੱਲ ਸਹਿਣ ਨਹੀਂ ਕਰਾਂਗੇ, ਤੂੰ ਜੋ ਮਰਜ਼ੀ ਕਰੀ ਜਾਵੇਂ। ਪੂਰੇ ਪੰਜਾਬ ਦੇ ਵਿੱਚੋਂ 1 ਨੰਬਰ ਦਾ ਜ਼ਿਲ੍ਹਾ ਜਲੰਧਰ ਆ, ਜਲੰਧਰ ਜ਼ਿਲ੍ਹੇ ਦੇ ਵਿੱਚੋਂ 1 ਨੰਬਰ ਦਾ ਥਾਣਾ ਨਕੋਦਰ ਦੇ ਏਰੀਆ, ਨਕੋਦਰ ਜਿਹਨੂੰ ਕਹਿੰਦੇ ਆਪਾਂ, ਬੜੇ ਸੁਰਜੇ ਲੋਕ ਨੇ ਇੱਥੇ। ਜੇ ਤੂੰ ਇਹਨਾਂ ਲੋਕਾਂ ਦੇ ਨਾਲ ਇਸੇ ਤਰ੍ਹਾਂ ਧੱਕੇ ਕਰੂੰਗਾ ਤਾਂ ਫਿਰ ਬਾਕੀ ਸਾਹਿਬ ਕਿਸੇ ਪਾਸੇ ਕਿੰਨੇ ਕਿੰਨੇ ਥਾਈਂ ਡਿਊਟੀ ਕੀਤੀ ਹੋਣੀ, ਤਾਂ ਤੂੰ ਕਿਵੇਂ ਧੱਕੇ ਕਰਦਾ ਰਿਹਾ ਹੋਊਗਾ, ਕਿਵੇਂ ਲੋਕ ਸਹਿਣ ਕਰਨਗੇ, ਇਹ ਸਾਡੀ ਬਰਦਾਸ਼ਤ ਤੋਂ ਬਾਹਰ ਆ। ਇਸ ਕਰਕੇ ਅੱਜ ਅਸੀਂ ਇਹ ਦੁਖੀ ਹੋ ਕੇ ਆਏ ਹਾਂ, ਨਹੀਂ ਤਾਂ ਮੂਹਰੇ ਕਣਕ ਦੀਆਂ ਵਾਢੀ ਆਉਣ ਵਾਲੀ ਆ, ਆਪਣੀਆਂ ਤਿਆਰੀਆਂ ਕਰਨੀਆਂ, ਸੋ ਅਸੀਂ ਆਪਣੇ ਸੰਦ ਸਿਹੜੇ ਤਿਆਰ ਕਰਨੇ ਹੁੰਦੇ ਆ, ਬੜੇ ਕੰਮ ਨੇ। ਵਿਸਾਖੀ ਦਾ ਦਿਹਾੜਾ ਮਨਾਉਣਾ, ਸਾਰੇ ਗੁਰਸਿੱਖ ਬੰਦੇ ਨੇ, ਸਾਰੇ ਗੁਰੂ ਘਰ ਨੂੰ ਮੰਨਣ ਵਾਲੇ ਲੋਕ ਨੇ, ਅਤੇ ਅੱਜ ਸਾਨੂੰ ਮੁਫ਼ਤ ਮੁੱਲਾ ਪਰੇਸ਼ਾਨ ਕਰਕੇ SHO ਨੇ ਥਾਣੇ ਦੇ ਮੂਹਰੇ ਬੈਠਣ ਲਈ ਮਜਬੂਰ ਕੀਤਾ। ਹੁਣ ਤੁਸੀਂ ਕੀ ਮੰਗ ਕਰਦੇ ਹਾਂ? ਅਸੀਂ ਮੰਗ ਕਰਦੇ ਪਰਚਾ ਰੱਦ ਕੀਤਾ ਜਾਵੇ, SHO ਦੇ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਜਿਹੜੇ SHO ਨੇ ਗਲਤ ਪਰਚਾ ਕੀਤਾ ਔਰ 16 ਬੰਦਿਆਂ ਨੂੰ ਸੱਦ ਕੇ ਸਾਡੇ ਬੰਦੇ ਨੂੰ ਥ੍ਰੈਟ ਕੀਤਾ ਅਤੇ ਨਾਲੇ ਉਹਦੇ ਖਿਲਾਫ਼ ਪਰਚਾ ਕੀਤਾ ਅਤੇ ਨਾਲੇ ਚੋਰੀ ਦਾ ਪਰਚਾ ਦਿੱਤਾ ਅਤੇ ਨਾਲੇ ਆਪਣੇ ਜਿੰਦੇ ਤੜਾਕ ਨੂੰ ਕਬਜ਼ਾ ਕਰਾਇਆ। ਹਾਂਜੀ ਸਰ, ਕੀ ਨਾਮ ਜੀ? ਮੇਰਾ ਨਾਮ ਗੁਰਿੰਦਰ ਸਿੰਘ ਹੈ ਜੀ। ਗੁਰਿੰਦਰ ਜੀ, ਕੀ ਗੱਲਬਾਤ ਹੋਈ ਹੈ? ਇਹ ਗੱਲਬਾਤ ਇੱਦਾਂ ਹੋਈ ਹੈ ਜੀ, ਅਸੀਂ ਮੇਰਾ ਪਿੰਡ ਉੱਗੀ ਆ ਜੀ, ਅਤੇ ਸਾਡੀਆਂ ਆਪਣੀਆਂ ਵਿਰਾਸਤ ਦੁਕਾਨਾਂ ਸਾਡੀ ਉੱਗੀ ਕਾਫੀ ਦੁਕਾਨਾਂ 20 ਵਿੱਚ, ਇਹ ਬੰਦਾ ਜਸਵਿੰਦਰ ਸਿੰਘ ਆਜ਼ਾਦ ਜੀ ਇੱਕ ਬਦਮਾਸ਼ ਟਾਈਪ ਦਾ ਬੰਦਾ ਜੀ, ਅੱਗੇ ਉਹ ਹੀ ਧੱਕਾ ਕਰ ਚੁੱਕਾ ਜੀ ਸਾਡੇ ਨਾਲੇ, ਮੇਰੇ ਬਜ਼ੁਰਗਾਂ ਨੇ ਵੀ ਕੀਤਾ, ਸਾਰਿਆਂ ਨੇ ਵੀ ਕੀਤਾ, ਦੋ ਸਾਡੀ ਦੁਕਾਨ ਅੱਗੇ ਵੀ ਇਹਨੇ ਕੋਸ਼ਿਸ਼ ਕੀਤੀ ਆ, ਉਦੋਂ ਵੀ ਸਾਡੇ ਪਿੰਡ ਦੇ ਬੰਦੇ ਨੇ ਬਹਿ ਕੇ ਇਹਨਾਂ ਸਾਡਾ ਸਮਝੌਤਾ ਕਰਾਇਆ ਸੀ,
ਬਾਅਦ ਬੰਦਾ ਫਿਰ ਵੀ ਟਲਿਆ ਜੀ, ਇਹਨੇ ਹਫ਼ਤਾ ਕਿੱਧਰ ਸਾਡੀ ਦੁਕਾਨ ਜਿੱਦੇ ਤੋੜ ਕੇ ਦੁਕਾਨ ਦਾ ਸਮਾਨ ਬਾਹਰ ਸੁੱਟਤਾ, ਉਹ ਦੁਕਾਨ 'ਤੇ ਨਜਾਇਜ਼ ਕਬਜ਼ੇ ਕਰਨ ਦੀ ਕੋਸ਼ਿਸ਼ ਕੀਤੀ ਸਾਡੀ ਦੁਕਾਨਾਂ 'ਤੇ। ਉਹਦੇ ਅਗੇਂਸ ਅਸੀਂ ਫਿਰ ਆਪਣਾ ਇੱਥੇ ਆਪਣਾ ਪਰਚਾ ਦਰਜ ਕਰਾਇਆ ਜੀ, ਕਿਉਂਕਿ ਇਹਨੇ ਸਾਰਾ ਸਮਾਨ ਸਮੂਨ ਆਪਣਾ ਬੰਦੇ ਦਾ ਕਾਫ਼ੀ ਕੀਮਤੀ ਸਮਾਨ ਸੀ ਬਾਰਦਾਨਾ, ਉਹ ਚੋਰੀ ਕੀਤਾ ਇਹਨੇ ਜੀ, ਉਹਦਾ ਖੁੱਦ ਬੁੱਧ ਕੀਤਾ, ਉਹ ਕੀਮਤੀ ਸਮਾਨ ਸੀ ਕਾਫ਼ੀ ਕੁਝ ਕੀਤਾ ਜੀ ਇਹਨੇ, ਉਹਦੇ ਅਗੇਂਸ ਅਸੀਂ ਪਰਚਾ ਕਰਾਇਆ ਵਾ। ਪਰ ਇਹ ਆਪਣੀ ਇੱਕ ਯੂਨੀਅਨ ਦੀ ਆੜ ਹੈਡ ਆਪਣਾ ਨੂੰ ਕਰ ਰਿਹਾ ਵੀ ਮੈਂ ਉਹਦੇ ਉਹਨਾਂ ਦੀ ਪ੍ਰੈਸ਼ਰਾਈਜ਼ ਕਰ ਰਿਹਾ ਵਾ ਪ੍ਰਸ਼ਾਸਨ ਨੂੰ, ਤਾਂ ਅਸੀਂ ਬੇਨਤੀ ਕਰਨਾ ਚਾਹੁੰਦੇ ਹਾਂ ਵੀ ਆਪਣਾ ਯੂਨੀਅਨ ਆਪਣੀ ਹੋਰ ਕੰਮ ਲਈ ਬਣੀ ਸੀ, ਉਹਨਾਂ ਨੂੰ ਇਹ ਬਦਨਾਮ ਨਾ ਕਰੇ, ਕਿਉਂਕਿ ਬਦਮਾਸ਼ ਟਾਈਪ ਦਾ ਬੰਦਾ ਸੀ। ਇਹ ਯੂਨੀਅਨ ਨੂੰ ਵੀ ਇਹ ਕਹਿਣਾ ਚਾਹੁੰਦੇ ਜੇ ਬੰਦੇ ਨੂੰ ਬਾਹਰ ਕੱਢਿਆ ਜਾਵੇ, ਨਹੀਂ ਤਾਂ ਬੰਦੇ ਨੂੰ ਹੋਰ ਸ਼ਹਿ ਮਿਲੂਗੀ ਅਤੇ ਹੋਰ ਗਲਤ ਕੰਮ ਕਰੂੰਗਾ, ਯੂਨੀਅਨ ਬਦਨਾਮ ਹੋਊਗੀ। ਅਤੇ ਅਸੀਂ ਬਹਿੰਦੇ ਸੀ, ਖੁਦ ਕਿਸਾਨ ਹੈ, ਅਸੀਂ ਖੁਦ ਜ਼ਿਮੀਂਦਾਰ ਹਾਂ, ਅਸੀਂ ਵੀ ਯੂਨੀਅਨ ਨੂੰ ਬਿਲੋਂਗ ਕਰਦੇ ਹਾਂ, ਪਰ ਸਾਡਾ ਮਤਲਬ ਇਹ ਨਹੀਂ ਕਿਸੇ ਨਾਲ ਕਬਜ਼ੇ ਕਰੀਏ ਜਾਂ ਜਾ ਕੇ ਕਿਸੇ ਗਲਤ ਬੰਦੇ ਨਾਲ ਖੜੀਏ, ਯੂਨੀਅਨ ਨੂੰ ਅਸੀਂ ਅਪੀਲ ਕਰਾਂਗੇ ਬੰਦੇ ਨੂੰ ਬਾਹਰ ਕੀਤਾ ਜਾਵੇ। ਤੁਸੀਂ ਰਾਜੇਵਾਲ ਜਿਹੜੀ ਹੈਗੀ ਸੰਸਥਾ ਹੈਗੀ, ਉਹਨਾਂ ਵੱਲੋਂ ਉੱਧਰ ਧਰਨਾ ਲਗਾਇਆ ਜਾ ਰਿਹਾ, ਤੁਸੀਂ ਵੀ ਇੱਥੇ ਧਰਨਾ ਲਗਾ ਰਹੇ, ਕੀ ਕਾਰਨ? ਸਾਡਾ ਧਰਨਾ ਕੋਈ ਨਜਾਇਜ਼ ਨਹੀਂ ਹੈਗਾ ਜੀ, ਉਹਨਾਂ ਧਰਨਾ ਬਲਕਿ ਨਜਾਇਜ਼ ਆ, ਉਹ ਗਲਤ ਬੰਦੇ ਸਪੋਰਟ ਕਰ ਰਹੇ ਆ। ਅਸੀਂ ਤਾਂ ਆਪਣਾ ਜੀ ਪੱਖ ਰੱਖ ਰਹੇ ਹਾਂ, ਠੀਕ ਹੈ, ਅਸੀਂ ਤਾਂ ਆਪਣੇ ਵਿਕਟਿਮ ਹੈ ਅਸੀਂ, ਅਸੀਂ ਤਾਂ ਸੋਰੀ ਅਸੀਂ ਸਾਡੇ ਨਾਲ ਧੱਕਾ ਹੋਇਆ ਵਾ, ਅਤੇ ਅਸੀਂ ਤਾਂ ਕਹਿ ਰਹੇ ਹਾਂ ਉਹਦੀ ਉਹਦੇ ਜੋ ਉਹਦੀ ਬਣਦੀ ਕਾਰਵਾਈ ਹੈ ਉਹ ਕੀਤੀ ਜਾਵੇ, ਅਤੇ ਸਾਨੂੰ ਇਨਸਾਫ ਦਾ ਜਾਵੇ। ਨਹੀਂ, ਪੁਲਿਸ ਵੱਲੋਂ ਤਾਂ ਕਾਰਵਾਈ ਕੀਤੀ ਗਈ, ਤੁਹਾਨੂੰ ਫਿਰ ਵੀ ਥਾਣੇ ਆਉਣਾ ਪਿਆ, ਕੀ ਕਾਰਨ ਹੋ ਗਿਆ? ਅਸੀਂ ਇਹ ਕਰ ਰਹੇ ਹਾਂ, ਪ੍ਰਸ਼ਾਸਨ ਬੇਨਤੀ ਕਰਨ ਆਏ ਹਾਂ ਵੀ ਕਿਸੇ ਪ੍ਰੈਸ਼ਰਾਈਜ਼ ਥੱਲੇ ਨਾ ਆਉਣ, ਜੋ ਸੱਚ ਨੂੰ ਸੱਚ ਰੱਖਣ, ਝੂਠ ਨੂੰ ਝੂਠ ਰੱਖਣ। ਅਸੀਂ ਤਾਂ ਇਹ ਬੇਨਤੀ ਕਰਨਾ ਚਾਹੁੰਦੇ ਹਾਂ ਪ੍ਰਸ਼ਾਸਨ ਨੂੰ ਕਿ ਉਹ ਕਿਸੇ ਇੱਦਾਂ ਦੀ ਪ੍ਰੈਸ਼ਰ ਕਰਕੇ ਉਹਨੂੰ ਕੋਈ ਰਿਲੀਫ ਨਾ ਦੇਣ ਕਿਸੇ ਤਰ੍ਹਾਂ। ਨਹੀਂ, ਫਿਰ ਧਰਨਾ ਲਗਾਉਣ ਦੀ ਕੀ ਜ਼ਰੂਰਤ ਪੈ ਗਈ? ਧਰਨਾ ਕੋਈ ਲਾਇਆ, ਸਾਡੇ ਸਾਰੇ ਆਪਣੇ ਜੀ, ਆਪਣੇ ਬੰਦੇ ਆ, ਪੰਚਾਇਤੀ ਬੰਦੇ ਆ, ਜਿਹਦੇ ਜਿਹਦੇ ਮਗਰ ਉਹ ਜੇ ਬੰਦਾ ਸਾਡਾ ਉੱਗੀ ਤਾਂ ਮਗਰ ਪਿੰਡ ਬੰਦਾ ਇੱਕ ਵੀ ਨਹੀਂ ਆਇਆ, ਪਿੰਡ ਸਾਰੇ ਲਾਮਲੇ ਬੰਦੇ ਆ, ਅਸੀਂ ਤਾਂ ਆਪਣੇ ਇੱਕ ਪਿੰਡ ਤੌਰ 'ਤੇ ਪੰਚਾਇਤੀ ਤੌਰ 'ਤੇ ਅਸੀਂ ਬੇਨਤੀ ਕਰਨਾ ਹੈ। ਉੱਥੇ ਹੀ ਇਸ ਮਾਹੌਲ ਨੂੰ ਦੇਖਦੇ ਹੋਏ DSP ਕੁਲਵਿੰਦਰ ਸਿੰਘ ਵਿਰਕ ਹੋਰੀ ਮੌਕੇ ਤੇ ਪਹੁੰਚੇ ਨੇ। ਹੁਣ ਸੁਣੋ ਵਿਰਕ ਹੋਰਾਂ ਨੇ ਕੀ ਕਿਹਾ। ਸਰ, ਕੀ ਕਾਰਨ ਆ ਇੱਕ ਪਾਸੇ ਰਾਜੇਵਾਲ, ਇੱਕ ਪਾਸੇ ਲੱਖੋਵਾਲ, ਦੋਨੇ ਕਿਸਾਨ ਜਥੇਬੰਦੀਆਂ ਜਿਹੜੀਆਂ ਹੈਗੀਆਂ ਧਰਨਾ ਲਗਾਉਣ ਲਈ ਨਕੋਦਰ ਪਹੁੰਚੀਆਂ ਹੋਈਆਂ ਥਾਣੇ ਦੇ ਵਿੱਚ, ਕੀ ਮਾਮਲਾ ਇਹ? ਬ੍ਰਦਰ, ਇੱਕ 32 ਨੰਬਰ FIR ਦਰਜ ਹੋਈ ਸੀ ਉੱਗੀ ਚੌਂਕੀ ਦੇ ਵਿੱਚ, ਕੋਈ ਦੁਕਾਨਾਂ ਦਾ ਜੋ ਸਕੂਲ ਦਾ ਰੌਲਾ ਹੈ, ਉੱਥੇ ਇੱਕ ਚੋਰੀ ਦੀ FIR ਦਰਜ ਹੋਈ। ਉਹਦੇ ਵਿੱਚ ਕੱਲ੍ਹ ਇੱਕ ਜਸਵਿੰਦਰ ਸਿੰਘ ਨਾਂ ਦੇ ਬੰਦੇ ਦੀ ਅਰੈਸਟ ਪਾਈ ਗਈ ਸੀ, ਠੀਕ ਹੈ ਜੀ। ਜਸਵਿੰਦਰ ਸਿੰਘ ਦੀ ਪਾਰਟੀ ਇਹ ਕਲੇਮ ਕਰ ਰਹੀ ਹੈ ਵੀ ਉਹਦੀ ਅਰੈਸਟ ਗਲਤ ਪਈ ਹੈ, ਜਦਕਿ ਉਹਦੀ ਜਿਹੜੀ ਅਰੈਸਟ ਆ ਬਿਲਕੁਲ ਤੱਥਾਂ ਦੇ ਆਧਾਰ 'ਤੇ ਪਾਈ ਗਈ। ਸਰ, ਕੋਈ CCTV ਫੁਟੇਜ ਵੀ ਸਾਹਮਣੇ ਹੈ ਜੀ? ਇਹ ਤਾਂ ਤਫਤੀਸ਼ੀ ਅਫਸਰ ਤੁਹਾਨੂੰ ਬਿਹਤਰ ਦੱਸ ਸਕਦਾ, ਮੈਨੂੰ ਇਹਦੇ ਬਾਰੇ ਪਤਾ ਨਹੀਂ। ਸਰ, ਮਾਮਲਾ ਆਖਿਰ ਕੀ ਹੈਗਾ ਵਾ, ਜਿਹੜਾ ਇਹਨਾਂ ਨੂੰ ਜਿਹੜਾ ਹੈਗਾ ਆ ਕੇ ਧਰਨੇ ਲਗਾਉਣੇ ਪੈ ਰਹੇ ਹੈਗੇ ਆ, ਕੀ ਇਹ ਇਨਸਾਫ ਦੀ ਮੰਗ ਕਰ ਰਹੇ ਨੇ, ਕੀ ਮੰਗ ਕਰ ਰਹੇ ਨੇ ਇਹ? ਬਿਲਕੁਲ ਬ੍ਰਦਰ, ਇੱਕ ਪਾਰਟੀ ਜਿਹੜੀ ਆ ਉਹ ਕਹਿ ਰਹੀ ਆ, ਦੇਖੋ ਜੀ ਵੀ ਸਾਡੇ 'ਤੇ ਲਗਾਤਾਰ ਦੁਕਾਨਾਂ ਅਸੀਂ ਕਿਰਾਏ 'ਤੇ ਦਿੰਦੇ ਹਾਂ, ਉਹਦੇ ਜਿੰਦਰੇ ਤੋੜ ਕੇ ਜਿਹੜਾ ਸਾਡੇ ਕਿਰਾਏਦਾਰਾਂ ਨੂੰ ਪਰੇਸ਼ਾਨ ਕੀਤਾ ਜਾਂਦਾ, ਜਦਕਿ ਇਸ ਬੰਦੇ ਨੂੰ ਇੱਕ ਦੁਕਾਨ ਦਿੱਤੀ ਹੈ, ਜਿਹੜਾ ਕੋਰਟ 'ਚ ਮੈਟਰ ਚੱਲਦਾ, ਜੋ ਕੋਰਟ ਫੈਸਲਾ ਕਰੇਗੀ ਸਾਨੂੰ ਮੰਨਣਯੋਗ ਹੋਏਗਾ, ਠੀਕ ਆ ਨਾ। ਪਰ ਦੂਜੀ ਧਿਰ ਕਹਿ ਰਹੀ ਆ ਵੀ ਨਹੀਂ, ਜਿਹੜਾ ਸਾਡੇ ਬੰਦੇ 'ਤੇ ਪਰਚਾ ਦਰਜ ਹੋਇਆ ਹੈ ਗਲਤ ਦਰਜ ਹੋਇਆ, ਆਪਣਾ ਪੱਖ ਆ, ਉਹ ਆਪਣਾ ਪੱਖ ਰੱਖ ਰਹੀ ਹੈ। ਪਰ ਉਹਨਾਂ ਵੱਲੋਂ ਆਰੋਪ ਲਗਾਏ ਜਾ ਰਹੇ ਆ ਕਿ ਕਿਸਾਨ ਜਥੇਬੰਦੀਆਂ ਦੀ ਆੜ ਦੇ ਵਿੱਚ ਜਿਹੜਾ ਹੈਗਾ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਅਤੇ ਬੰਦਾ ਛਡਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਆਰੋਪਾਂ ਦੀ ਜਿਹੜੀ ਆ ਉਹ ਉਹੀ ਦੱਸ ਸਕਦੇ ਵੀ ਉਹ ਆਰੋਪ ਕਿਸ ਆਧਾਰ 'ਤੇ ਲਾ ਰਹੇ ਆ, ਉਹਨਾਂ ਬਾਰੇ ਉਹੀ ਦੱਸ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਪੀੜਤਾਂ ਦੇ ਬਿਆਨਾਂ ਦੇ ਆਧਾਰ 'ਤੇ ਹੀ ਮਾਮਲਾ ਦਰਜ ਕੀਤਾ ਗਿਆ, ਬਾਕੀ ਕਿਸਾਨ ਆਗੂਆਂ ਦੇ ਵੱਲੋਂ ਪੁਲਿਸ 'ਤੇ ਦਬਾਅ ਪਾ ਕੇ ਉਸ ਬੰਦੇ ਨੂੰ ਛਡਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਕੀਕੀ TV ਪੰਜਾਬੀ ਲਈ ਨਕੋਦਰ ਤੋਂ ਪੁਨੀਤ ਅਰੋੜਾ ਦੀ ਰਿਪੋਰਟ।